ਰਾਜਾਂ ਦੇ ਲੱਭਣੇ ਆਖਰ ਨੂੰ ਦੋਸਤੋ ਏਅਰਪੋਰਟ ਉੱਤੇ ਮਿਲੀਆਂ ਦੋ ਬਿਸਤੜੀਆਂ ਰੂਹਾਂ, ਜਿੱਥੇ ਕਿ ਦੋਸਤੋ ਕੁੜੀ ਦੇ ਹੱਥ ਵਿੱਚ ਇੱਕ ਗੁਲਦਸਤਾ ਆਪਣੇ ਪਤੀ ਦੇ ਲਈ, ਜਿੱਥੇ ਕਿ ਦੋਸਤੋ ਦੇਖਿਆ ਜਾਵੇ ਕਿ ਚੰਗੇ ਭਵਿੱਖ ਨੂੰ ਲੈ ਕੇ ਬੇਸ਼ੱਕ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਮੈਂਬਰ ਵਿਦੇਸ਼ ਦੇ ਵਿੱਚ ਜਾਂਦਾ ਹੈ, ਪਰ ਵਿਦੇਸ਼ਾਂ ਦੇ ਵਿੱਚ ਰਹਿ ਕੇ ਜੋ ਪਰਿਵਾਰ ਯਾਦਾਂ ਨੂੰ ਤਾਜ਼ਾ ਕਰਦਾ ਹੈ ਤਾਂ ਫਿਰ ਪੰਜਾਬੀਆਂ ਦੀ ਅੱਖਾਂ ਦੇ ਵਿੱਚੋਂ ਹੰਝੂ ਤਾਂ ਆ ਜਾਂਦੇ ਹਨ। ਜਿੱਥੇ ਕਿ ਦੋਸਤੋ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਮਾਣਿਆ ਬਚਪਨ ਅਤੇ ਮੌਜਾਂ, ਜੋ ਵਿਦੇਸ਼ਾਂ ਦੇ ਵਿੱਚ ਚੰਗੇ ਭਵਿੱਖ ਦੀ ਖਾਤਰ ਦਿਨ ਰਾਤ ਇੱਕ ਕਰਕੇ ਕਮਾਈਆਂ, ਜੋ ਕਿ ਘਰ ਦੇ ਵਿੱਚੋਂ ਗਰੀਬੀ ਕੱਢਣੀ ਹੁੰਦੀ ਹੈ। ਉੱਥੇ ਦੋਸਤੋ ਪੰਜਾਬੀਆਂ ਦਾ ਸ਼ੌਂਕ ਵੀ ਵਿਦੇਸ਼ਾਂ ਦੇ ਵਿੱਚ ਜਾਣਾ ਅਤੇ ਚੰਗੀ ਕਮਾਈ ਕਰਨਾ ਹੈ, ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜੋ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਫਿਰ ਯਾਦ ਪੰਜਾਬ ਦੀ ਆਉਂਦੀ ਹੈ ਕਿ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ 60% ਵਿਦੇਸ਼ਾਂ ਦੇ ਵਿੱਚ ਵਸ ਚੁੱਕੀ ਹੈ। ਜਿੱਥੇ ਕਿ ਦੇਖਿਆ ਜਾਵੇ ਆਉਣ ਵਾਲਾ ਸਮਾਂ ਪੰਜਾਬ ਦੇ ਲਈ ਬੇਹੱਦ ਭਿਆਨਕ ਹੈ ਕਿ ਦੋਸਤੋ ਤੁਸੀਂ